ਸਾਡੇ ਸੁਰਜੀਤ ਪਾਤਰ ਬੜੇ ਪਿਆਰੇ ਕਵੀ ਨੇ ਕਿਹਾ ਆ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ। ਉਸ ਵਿਅਕਤੀ ਨੇ ਵੀ ਨਵੀਆਂ ਪੈੜਾਂ ਪਾਈਆਂ ਆ, ਬਕੌਲ ਸੁਰਜੀਤ ਪਾਤਰ ਉਹਨੇ ਆਪਣੇ ਰਾਹ ਆਪ ਬਣਾਏ ਆ। ਔਰ ਸਾਡਾ ਬਹੁਤ ਪਿਆਰਾ ਕਵੀ ਜਿਹੜਾ 23 ਮਾਰਚ ਨੂੰ ਹੀ ਸ਼ਹੀਦ ਹੋਇਆ ਸੀਗਾ, ਜਿਹਦਾ ਨਾਂ ਸੀ ਪਾਸ਼, ਉਹਨੇ ਲਿਖਿਆ ਕਹਿੰਦਾ ਅਸਾਂ ਜਿੰਨਾ ਯੁੱਧ ਨਹੀਂ ਕੀਤਾ ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ। ਅਤੇ ਜਿਹੜਾ ਵਿਦਵਾਨ ਹੁਣ ਸਾਡੇ ਨਾਲ ਗੱਲਬਾਤ ਕਰੇਗਾ ਉਹ ਸੱਚੀ ਮੁੱਚੀ ਜ਼ਿੰਦਗੀ ਦਾ ਸਾਊ ਪੁੱਤ ਹੈ, ਜਿਹਨੇ ਯੁੱਧ ਕੀਤਾ ਹੈ, ਜਿਹਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਇਆ ਹੈ, ਜਿਹਨੇ ਗਦਰੀ ਬਾਬਿਆਂ ਦੇ ਵਿਚਾਰਾਂ ਨੂੰ ਅਪਣਾਇਆ ਹੈ, ਜਿਹਨੇ ਪੰਜਾਬ ਦੀ ਵਿਰਾਸਤ ਨੂੰ ਅਪਣਾਇਆ ਹੈ। ਉਸ ਸ਼ਖਸ ਦਾ ਨਾਂ ਹੈ ਡਾਕਟਰ ਵਰਿਆਮ ਸਿੰਘ ਸੰਧੂ। ਅਤੇ ਮੈਂ ਸੰਧੂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਆਓ ਜੀ ਸੰਧੂ ਸਾਹਿਬ। ਠੀਕ ਹੈ, ਦੇਖੋ ਜੇ ਬੰਦ ਹੋ ਜਾਵੇ ਤਾਂ ਜ਼ਿਆਦਾ ਠੀਕ ਨਹੀਂ, ਕੋਈ ਤੁਹਾਡੇ ਪ੍ਰਬੰਧ 'ਚ ਖਲਲ ਤਾਂ ਨਹੀਂ ਪੈਂਦਾ ਜੇ ਲਾਈਟ ਬੰਦ? ਹਾਂਜੀ, ਕਿਉਂਕਿ ਮੈਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਦੇਖਦੇ ਜਿੰਨਾ ਚਿਰ ਤੱਕ ਰਿਕਾਰਡਿੰਗ ਹੈ। ਚਲੋ 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 ਜੀ, ਕੋਈ ਨਹੀਂ, ਠੀਕ ਹੈ ਜੀ, ਠੀਕ। ਸਤਿਕਾਰਯੋਗ ਵੀਰੋ ਅਤੇ ਭੈਣੋ, ਇਹਨਾਂ ਭੈਣਾਂ 'ਚ ਮੇਰੇ ਘਰ ਵਾਲੇ ਵੀ ਬੈਠੇ ਹੋਏ ਸੀ। ਅੱਜ ਅਸੀਂ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 83ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ, ਉਹਨਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ ਹਾਂ। ਮੇਰੀ ਪ੍ਰਬੰਧਕਾਂ ਨੂੰ ਅਤੇ ਹੋਰ ਵੀ ਜਿਹੜੇ ਅਦਾਰੇ ਇੱਥੇ ਕੰਮ ਕਰਦੇ ਨੇ ਸ਼ਹੀਦਾਂ ਦੀ ਸੋਚ ਨਾਲ ਸੰਬੰਧਿਤ, ਉਹਨਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਅੱਗੇ ਤੋਂ ਜਦੋਂ ਕੋਈ ਪ੍ਰੋਗਰਾਮ ਕਰਨ ਤਾਂ ਉਹ 3 ਬੁਲਾਰੇ ਜੇ ਬੋਲਦੇ ਨੇ ਤਾਂ ਇੱਕ ਰਾਜਗੁਰੂ ਬਾਰੇ ਬੋਲੇ, ਇੱਕ ਸੁਖਦੇਵ ਬਾਰੇ ਬੋਲੇ, ਇੱਕ ਭਗਤ ਸਿੰਘ ਬਾਰੇ ਬੋਲੇ। ਇਹ ਬਹੁਤ ਜ਼ਰੂਰੀ ਚੀਜ਼ ਹੈ। ਨਿਸ਼ਚੈ ਹੀ ਭਗਤ ਸਿੰਘ ਕਿਉਂਕਿ ਆਗੂ ਸੀ, ਭਗਤ ਸਿੰਘ ਦੇ ਵਿੱਚ ਜਿੱਥੇ ਕੁਰਬਾਨੀ ਦਾ ਬੇਮਿਸਾਲ ਜਜ਼ਬਾ ਸੀ, ਉੱਥੇ ਉਹਦੇ ਵਿੱਚ ਵਿਚਾਰਧਾਰਕ ਪੱਧਰ 'ਤੇ ਇੱਕ ਵਿਸ਼ੇਸ਼ ਬੌਧਿਕ ਲਿਸ਼ਕ ਸੀ, ਜਿਹਦੇ ਕਰਕੇ ਉਹ ਸਾਰਿਆਂ ਨਾਲੋਂ ਉੱਚਾ ਉੱਪਰ ਉੱਠ ਗਿਆ। ਉਹ ਭਗਤ ਸਿੰਘ ਦੀ ਗੱਲ ਤਾਂ ਨਿਸ਼ਚੈ ਹੀ ਹੋਵੇਗੀ। ਮੈਂ ਵੀ ਅੱਜ ਆਪਣੀ ਗੱਲ ਭਗਤ ਸਿੰਘ ਦੇ ਹਵਾਲੇ ਨਾਲ ਹੀ ਕਰਨੀ ਹੈ। ਉਹਦੇ ਮਾਧਿਅਮ ਰਾਹੀਂ ਨਜ਼ਰੀਆ ਜਿਹੜਾ ਹੈ ਉਹ ਸਮੁੱਚੀ ਮੂਵਮੈਂਟ ਦਾ ਵੀ, ਦੂਜੇ ਸਾਥੀਆਂ ਦਾ ਵੀ ਪੇਸ਼ ਹੋ ਸਕਦਾ ਹੈ। ਤੋ ਅੱਜ ਤਾਂ ਉਹਨਾਂ ਦਾ ਇਹ ਸ਼ਹੀਦੀ ਦਿਨ ਜਿਹੜਾ ਹੈ, ਜੇ ਅਸੀਂ ਥੋੜ੍ਹਾ ਜਿਹਾ ਅੰਤਰ ਧਿਆਨ ਹੋ ਕੇ ਆਪਣੇ ਆਪ ਨੂੰ ਉਹਨਾਂ ਪਲਾਂ 'ਤੇ ਕੇਂਦਰਿਤ ਕਰ ਸਕੀਏ ਜਦੋਂ ਇਹਨਾਂ 3 ਸੂਰਬੀਰਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਔਰ ਸ਼ਹੀਦੀ ਦਿੱਤੀ, ਤਾਂ ਅੱਜ ਵੀ ਹੁਣ ਵੀ ਸਾਨੂੰ ਫਾਂਸੀ ਦੇ ਤਖ਼ਤੇ 'ਤੇ ਖੜੋਤੇ ਉਹਨਾਂ ਦੀ ਗੂੰਜਦੀ ਆਵਾਜ਼ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਜ਼ਰੂਰ ਸਾਡੇ ਕੰਨਾਂ ਵਿੱਚ ਗੂੰਜਦੀ ਹੋਵੇਗੀ। ਇਸ ਆਵਾਜ਼ ਨੂੰ ਜਿਹੜੀ ਵਿਰੋਧ ਦੀ ਆਵਾਜ਼ ਹੁੰਦੀ ਹੈ, ਜਿਹੜੀ ਰਜਿਸਟੈਂਸ ਦੀ ਆਵਾਜ਼ ਹੁੰਦੀ ਹੈ, ਸਥਾਪਿਤ ਤਾਕਤਾਂ ਵੱਖ ਵੱਖ ਢੰਗਾਂ ਨਾਲ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਇੱਕ ਕੋਸ਼ਿਸ਼ ਹੈ ਉਹਨਾਂ ਨੂੰ ਪਲੋਸ ਕੇ, ਪੁਚਕਾਰ ਕੇ, ਇਨਾਮ ਸਨਮਾਨ ਦੇ ਕੇ, ਖਿਤਾਬ ਦੇ ਕੇ ਚੁੱਪ ਕਰਾਉਣਾ, ਅਤੇ ਜਿਹੜੀ ਆਵਾਜ਼ ਫਿਰ ਵੀ ਚੁੱਪ ਨਹੀਂ ਕਰਦੀ ਫਿਰ ਉਸਨੂੰ ਤਸੀਹੇ, ਜੇਲ੍ਹਾਂ,
ਤੇ ਫਾਂਸੀ ਦੇ ਤਖਤੇ ਨਸੀਬ ਹੁੰਦੇ ਨੇ। ਤੇ ਜਿਹੜੀ ਐਸਟੈਬਲਿਸ਼ਮੈਂਟ ਹੈ ਇਹਨੂੰ ਸਾਡਾ ਪਿਆਰਾ ਸ਼ਹਿਰ ਜੀ ਦਾ ਹਵਾਲਾ ਕਾਲੂ ਸਾਹਿਬ ਨੇ ਦਿੱਤਾ ਹੈ, ਮੇਰਾ ਮਿੱਤਰ ਸੁਰਜੀਤ ਪਾਤਰ ਨੂੰ ਬੁੱਢੀ ਜਾਦੂਗਰਨੀ ਕਹਿੰਦਾ। ਉਹ ਕਹਿੰਦਾ ਬੁੱਢੀ ਜਾਦੂਗਰਨੀ ਆਖਦੀ ਹੈ ਤੇਰਾ ਵੀ ਨਾਮ ਰੱਖਾਂਗੇ, ਤੇਰੀ ਛਾਤੀ ਤੇ ਵੀ ਖੰਜਰ ਜਾਂ ਤਗਮਾ ਧਰ ਦਿਆਂਗੇ, ਜੀਣ ਜੋਗਾ ਤਾਂ ਹੋ ਤੇਰੀ ਵੀ ਹੱਤਿਆ ਕਰ ਦਿਆਂਗੇ। ਪਰ ਉਹ ਬੁੱਢੀ ਜਾਦੂਗਰਨੀ ਭੁੱਲ ਜਾਂਦੀ ਹੈ ਕਿ ਜਿਹੜੇ ਜੀਣ ਜੋਗੇ ਦੀ ਉਹਨੇ ਹੱਤਿਆ ਕਰਨੀ ਹੈ, ਜਦੋਂ ਕੋਈ ਬੰਦਾ ਜੀਣ ਜੋਗਾ ਹੋ ਜਾਂਦਾ ਹੈ ਤਾਂ ਉਹ ਫਿਰ ਮਰਨ ਜੋਗਾ ਨਹੀਂ ਰਹਿੰਦਾ, ਉਹ ਫਿਰ ਮੌਤ ਦੀ ਹਿੱਕ ਉੱਤੇ ਪੈਰ ਰੱਖ ਕੇ ਜ਼ਿੰਦਗੀ ਦੇ ਵਿਹੜੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਜਿੱਥੇ ਜ਼ਿੰਦਗੀ ਸਦੀਵੀ ਜ਼ਿੰਦਗੀ ਬਣ ਜਾਂਦੀ। ਕਿਵੇਂ ਬਣ ਜਾਂਦੀ ਹੈ? ਮੈਂ ਇੱਕ ਹੋਰ ਪਿਆਰੇ ਸ਼ਹਿਰ ਜਸਵੰਤ ਜ਼ਫਰ ਦੇ ਹਵਾਲੇ ਨਾਲ ਗੱਲ ਕਰਨੀ ਚਾਹਾਂਗਾ। ਉਹ ਭਗਤ ਸਿੰਘ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ, ਉਹ ਕਹਿੰਦਾ ਮੇਰੇ ਦਾਦੇ ਦੇ ਜਨਮ ਵੇਲੇ ਤੂੰ 12 ਵਰਿਆਂ ਦਾ ਸੀ, ਜਲਿਆਂ ਵਾਲੇ ਬਾਗ ਦੀ ਸ਼ਹੀਦੀ ਮਿੱਟੀ ਨੂੰ ਨਮਸਕਾਰ ਦਾ। ਆ ਜਿਹੜੀ ਤਸਵੀਰ ਲੱਗੀ ਸੀ 12 ਸਾਲ ਦਾ 1919 ਦੇ ਵਿੱਚ ਉਹ ਮਿੱਟੀ ਲੈ ਕੇ ਆਇਆ ਸੀ ਲਓ ਪਿੰਜੀ, ਮੇਰੇ ਦਾਦੇ ਦੇ ਜਨਮ ਵੇਲੇ ਤੂੰ 12 ਵਰਿਆਂ ਦਾ ਸੀ, ਜਲਿਆਂ ਵਾਲੇ ਦੀ ਸ਼ਹੀਦੀ ਮਿੱਟੀ ਨੂੰ ਨਮਸਕਾਰ ਦਾ। ਮੇਰਾ ਦਾਦਾ 12 ਵਰਿਆਂ ਦਾ ਹੋਇਆ ਤਾਂ ਤੂੰ 24 ਵਰਿਆਂ ਦਾ ਭਰ ਜਵਾਨ ਗੱਭਰੂ ਸੈ, ਇਹ ਤੇਰਾ ਸ਼ਹੀਦੀ ਵੇਲਾ ਸੀ। ਮੇਰਾ ਦਾਦਾ 24 ਵਰਿਆਂ ਦਾ ਹੋਇਆ ਤੂੰ ਤਦ ਵੀ 24 ਵਰਿਆਂ ਦਾ ਭਰ ਜਵਾਨ ਗੱਭਰੂ ਸੈ। ਮੇਰਾ ਪਿਤਾ 24 ਵਰਿਆਂ ਦਾ ਹੋਇਆ ਤੂੰ ਤਦ ਵੀ 24 ਵਰਿਆਂ ਦਾ ਭਰ ਜਵਾਨ ਗੱਭਰੂ ਸੈ। ਮੈਂ 24 ਵਰਿਆਂ ਦਾ ਹੋਇਆ ਤੂੰ 24 ਵਰਿਆਂ ਦਾ ਭਰ ਜਵਾਨ ਗੱਭਰੂ ਸੈ। ਮੈਂ 25-26 ਤੇ 37 ਸਾਲ ਦਾ ਹੋਇਆ ਤੂੰ ਤਦ ਵੀ 24 ਵਰਿਆਂ ਦਾ ਭਰ ਜਵਾਨ ਗੱਭਰੂ ਹੀ ਰਿਹਾ। ਮੈਂ ਆਪਣੇ ਹਰ ਜਨਮ ਦਿਨ ਉੱਤੇ 1 ਸਾਲ ਬੁਢਾਪੇ ਵੱਲ ਵੱਧ ਜਾਂਦਾ ਹਾਂ, ਤੂੰ ਆਪਣੇ ਹਰ ਸ਼ਹੀਦੀ ਦਿਨ ਉੱਤੇ 24 ਵਰਿਆਂ ਦਾ ਭਰ ਜਵਾਨ ਗੱਭਰੂ ਹੀ ਰਹਿੰਦਾ ਹੈ। ਕੁਝ ਅਸੀਸ ਤਾਂ ਸਾਰੀਆਂ ਮਾਵਾਂ ਦਿੰਦੀਆਂ ਨੇ, ਜਿਉਂਦਾ ਰਹੇ ਸਦਾ ਜਵਾਨੀਆਂ ਮਾਣੇ, ਪਰ ਤੂੰ ਸੱਚਮੁੱਚ ਸਦਾ ਜਿਉਂਦਾ ਹੈ ਭਰ ਜਵਾਨ ਗੱਭਰੂ, ਸਦਾ ਜਵਾਨੀਆਂ ਮਾਣਦਾ ਹੈ ਤੇ ਜਿਨ੍ਹਾਂ ਨੇ ਅਜੇ ਪੈਦਾ ਹੋਣਾ ਹੈ ਤੂੰ ਉਹਨਾਂ ਗੱਭਰੂਆਂ ਦੇ ਵਿਆਹ ਹੁੰਦਾ ਹੈ। ਭਗਤ ਸਿੰਘ ਅਜੇ ਵੀ 24 ਵਰਿਆਂ ਦਾ ਭਰ ਜਵਾਨ ਗੱਭਰੂ ਸਾਡੇ ਸਾਹਮਣੇ ਹੈ। ਉਸ ਵੇਲੇ ਜਦੋਂ ਉਹਨਾਂ ਨੇ ਫੈਸਲਾ ਕੀਤਾ ਸੀ 8 ਅਪ੍ਰੈਲ 1929 ਨੂੰ ਕਾਲੇ ਕਾਨੂੰਨਾਂ ਦੇ ਖਿਲਾਫ ਬੰਬ ਸੁੱਟ ਕੇ ਬੋਲੇ ਕੰਨਾਂ ਵਿੱਚ ਆਵਾਜ਼ ਪਹੁੰਚਾਉਣ ਦਾ, ਤੇ ਉਹਨਾਂ ਨੇ ਮਾਧਿਅਮ ਬਣਾਇਆ ਸੀ ਅਦਾਲਤ ਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਕਰਨ ਦਾ, ਤਾਂ ਉਹਨਾਂ ਦੇ ਵਿਚਾਰਾਂ ਦੀ ਜਿਹੜੀ ਲਿਸ਼ਕ ਸੀ ਉਸ ਲਿਸ਼ਕ ਨੇ ਕੁਝ ਹੀ ਸਮੇਂ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਭਗਤ ਸਿੰਘ ਦੇ ਕਿਰਦਾਰ ਨੂੰ, ਭਗਤ ਸਿੰਘ ਦੇ ਕੱਦ ਨੂੰ ਉੱਚਾ ਚੁੱਕਣਾ ਸ਼ੁਰੂ ਕਰ ਦਿੱਤਾ। ਉਹ ਹੌਲੀ ਹੌਲੀ ਪ੍ਰਸਿੱਧੀ ਦੀ ਸਿਖਰ ਵੱਲ ਵਧਣਾ ਸ਼ੁਰੂ ਹੋਇਆ ਔਰ 23 ਮਾਰਚ 1931 ਵਾਲੇ ਦਿਨ ਜਿਸ ਦਿਨ ਉਹ ਸ਼ਹਾਦਤ ਦਾ ਜਾਮ ਪੀਂਦਾ ਹੈ ਉਸ ਵੇਲੇ ਉਹ ਸ਼ਹੀਦੀ ਪ੍ਰਾਪਤ ਕਰਕੇ
ਪ੍ਰਸਿੱਧੀ ਦੀ ਲੋਕਪ੍ਰਿਯਤਾ ਦੀ ਮਾਊਂਟ ਐਵਰੈਸਟ ਉੱਤੇ ਖੜਾ ਨਜ਼ਰ ਆਉਂਦਾ ਹੈ ਸਾਨੂੰ। ਦੇਖੇ ਕਰੀਬ ਸੇ ਤੋ ਅੱਛਾ ਦਿਖਾਈ ਦੇ, ਕੋਈ ਸ਼ਖਸ ਤੋਂ ਐਸਾ ਦਿਖਾਈ ਦੇ, ਨੇਜ਼ੇ ਪੇ ਰੱਖ ਕੇ ਮੇਰਾ ਸਰ ਔਰ ਬੁਲੰਦ ਕਰ, ਕਿ ਦੁਨੀਆ ਕੋ ਇੱਕ ਚਿਰਾਗ ਤੋਂ ਜਲਦਾ ਦਿਖਾਈ ਦੇ। ਉਹ ਬੁਲੰਦੀਆਂ ਉੱਤੇ ਜਗਦਾ ਹੋਇਆ ਚਿਰਾਗ ਭਗਤ ਸਿੰਘ, ਜਿਹਦੇ ਬਾਰੇ ਸੈਂਕੜੇ ਘੋੜੀਆਂ ਲਿਖੀਆਂ ਗਈਆਂ, ਜਿਹਦੇ ਬਾਰੇ ਹਜ਼ਾਰਾਂ ਕਵਿਤਾਵਾਂ ਲਿਖੀਆਂ ਗਈਆਂ, ਜਿਹਦੇ ਬਾਰੇ ਹਜ਼ਾਰ ਹਾਂ ਲੇਖ ਲਿਖੇ ਗਏ, ਔਰ ਉਹਨਾਂ ਦੇ ਬਾਰੇ ਜਿਹੜੀਆਂ ਕਵਿਤਾਵਾਂ ਲਿਖੀਆਂ ਗਈਆਂ ਉਹ ਲੋਕਾਂ ਦੇ ਮਨਾਂ ਵਿੱਚ ਉਹਦੇ ਪ੍ਰਤੀ ਆਪ ਮੁਹਾਰੇ ਉਪਜੇ ਹੋਏ ਵੇਗ ਦੀ ਉਪਜ ਸਨ। ਹੁਣ ਉਹ ਜਿਹੜੀਆਂ ਜ਼ਬਤ ਹੋਈਆਂ ਕਵਿਤਾਵਾਂ ਸਨ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ, ਉਹਨਾਂ ਵਿੱਚੋਂ ਬਹੁਤ ਸਾਰੀਆਂ ਛਪੀਆਂ ਹੋਈਆਂ ਕਵਿਤਾਵਾਂ ਜਦੋਂ ਅਸੀਂ ਦੇਖਦੇ ਹਾਂ, ਜਿਹਨਾਂ ਨੂੰ ਜ਼ਬਤ ਕੀਤਾ ਸੀ ਅੰਗਰੇਜ਼ ਸਰਕਾਰ ਨੇ, ਉਹਨਾਂ ਵਿੱਚੋਂ 3/4 ਕਵਿਤਾਵਾਂ ਜਿਹੜੀਆਂ ਨੇ ਉਹ ਕਵਿਤਾਵਾਂ ਨੇ ਜਿਹੜੀਆਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦੇ ਨਾਲ ਸੰਬੰਧਿਤ ਸਨ, ਉਹਦੀ ਕੁਰਬਾਨੀ ਨਾਲ ਸੰਬੰਧਿਤ ਸਨ। ਤਾਂ ਕਹਿਣਾ ਮੈਂ ਚਾਹ ਰਿਹਾ ਕਿ ਭਗਤ ਸਿੰਘ ਪ੍ਰਸਿੱਧੀ ਤੇ ਲੋਕਪ੍ਰਿਯਤਾ ਦੀ ਇਸ ਸਿਖਰ ਉੱਤੇ ਜਦੋਂ ਖੜ ਗਿਆ ਸੀ ਤੇ ਉਸ ਤੋਂ ਬਾਅਦ ਉਹ ਕਦੀ ਥੱਲੇ ਨਹੀਂ ਆਇਆ, ਉਹ ਅੱਜ ਵੀ ਸਾਡੇ ਲੋਕਾਂ ਦੇ ਦਿਲਾਂ ਵਿੱਚ ਕੋਸੀ ਧੁੱਪ ਦੇ ਟੁਕੜੇ ਵਾਂਗੂ ਮਹਿਕਦਾ ਪਿਆ ਹੈ, ਜਗਦਾ ਪਿਆ ਹੈ। ਔਰ ਦਿਲਚਸਪੀ ਦੀ ਗੱਲ ਇਹ ਹੈ ਕਿ 2008 ਵਿੱਚ ਇੰਡੀਆ ਟੂਡੇ ਵਾਲਿਆਂ ਨੇ ਇੱਕ ਸਰਵੇ ਕਰਾਇਆ ਸੀ, ਸਭ ਤੋਂ ਮਹਾਨ ਭਾਰਤੀ ਕਿਹੜਾ ਹੈ, ਤੇ ਤੁਹਾਡੇ ਲਈ ਖੁਸ਼ੀ ਤੇ ਮਾਣ ਦੀ ਗੱਲ ਹੈ ਕਿ ਸੁਭਾਸ਼ ਚੰਦਰ ਬੋਸ ਔਰ ਮਹਾਤਮਾ ਗਾਂਧੀ ਸਭ ਨੂੰ ਪਿੱਛੇ ਛੱਡ ਕੇ ਉਹ ਸ਼ਹੀਦ ਭਗਤ ਸਿੰਘ ਸੀ ਜਿਹੜਾ ਸਭ ਤੋਂ ਮਹਾਨ ਭਾਰਤੀ ਹਿੰਦੁਸਤਾਨ ਦੇ ਲੋਕਾਂ ਦੇ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਸ਼ਹੀਦ ਭਗਤ ਸਿੰਘ ਲੋਕਪ੍ਰਿਯਤਾ ਤੇ ਪ੍ਰਸਿੱਧੀ ਦੀ ਜਿਸ ਸਿਖਰ ਉੱਤੇ ਪਹੁੰਚ ਚੁੱਕਾ ਹੈ ਉਸਨੂੰ ਇਗਨੋਰ ਕਰਨਾ ਔਖਾ ਹੈ, ਉਸਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਉਸਨੂੰ ਰੱਦ ਵੀ ਨਹੀਂ ਕੀਤਾ ਜਾ ਸਕਦਾ, ਬਹੁਤ ਔਖਾ ਹੈ ਕਿਉਂਕਿ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਪਾਕਿਸਤਾਨ ਵਿੱਚ। ਹੁਣ ਮੇਰੇ ਵੀਰ ਕਹਿ ਕੇ ਗਏ ਨੇ ਪਾਕਿਸਤਾਨ ਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨਾਂ ਨੇ ਪਿਛਲੇ ਦੋ ਇੱਕ ਅੱਧਾ ਮਹੀਨਾ ਹੋਇਆ ਉਹਨਾਂ ਨੇ ਫੈਸਲਾ ਵੀ ਕਰ ਲਿਆ ਹੈ ਕਿ ਜਿਹੜਾ ਉਹਦਾ ਆਪਣਾ ਪਿੰਡ ਹੈ ਉਸ ਪਿੰਡ ਨੂੰ ਉਹ ਹੈਰੀਟੇਜ ਦੇ ਤੌਰ ਉੱਤੇ ਉਹ ਵਿਕਸਿਤ ਕਰਨਗੇ। ਤਾਂ ਪਾਕਿਸਤਾਨ ਦੇ ਵਿੱਚ ਵੀ ਭਗਤ ਸਿੰਘ ਜਿਹੜਾ ਹੈ ਉਹ ਜਿਵੇਂ ਅਸੀਂ ਕਹਿੰਦੇ ਜਿਵੇਂ ਉਹ ਕਹਿ ਰਹੇ ਸੀ ਮੁਲਾਣਿਆਂ ਦੀ ਗੱਲ ਔਰ ਫੌਜ ਦੀ ਗੱਲ, ਤਾਂ ਉਹ ਜਿਹੜੀ ਪਥਰਾਈ ਹੋਈ ਹਕੀਕਤ ਹੈ ਪਾਕਿਸਤਾਨ ਦੀ ਉਹਦੇ ਵਿੱਚੋਂ ਵੀ ਇੱਕ ਹਰੇ ਘਾਹ ਦੀ ਤਿੜ ਵਾਂਗੂ ਭਗਤ ਸਿੰਘ ਦੀ ਮੁਹੱਬਤ ਲੋਕਾਂ ਦੇ ਮਨਾਂ ਵਿੱਚ ਫੁੱਟ ਨਿਕਲੀ। ਅੱਜ ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਹਿੰਦੇ ਨਾ, ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਭਗਤ ਸਿੰਘ ਜਿਹੜਾ ਸੀ ਇਹ ਉਹਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਸੀ, ਇਹ ਆਜ਼ਾਦੀ ਸਮਝੌਤੇ ਦੀ ਆਜ਼ਾਦੀ ਹੈ, ਔਰ ਇਸ ਸਮਝੌਤੇ ਦੀ ਆਜ਼ਾਦੀ ਦੇ ਨਾਲ ਸਾਡੇ ਦੇਸ਼ ਦੀ ਜਿਹੜੀ ਹਿੱਕ ਸੀ ਉਹ ਚੀਰ ਦਿੱਤੀ ਗਈ, ਦੋ ਦੇਸ਼ ਬਣ ਗਏ ਨੇ, ਜਮ ਜਮ ਵਸਣ ਆਪੋ ਆਪਣੀ ਥਾਂ ਦੇ ਉੱਤੇ। ਪਰ ਜਿਨ੍ਹਾਂ ਨੇ ਬਣਾਏ ਸੀ ਉਹਨਾਂ ਨੇ ਸਾਨੂੰ ਸਾਡੇ ਸਾਰੇ ਯਤਨਾਂ ਦੇ ਬਾਵਜੂਦ ਇਕੱਠੇ ਨਹੀਂ ਹੋਣ ਦੇਣਾ, ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਹੈਗੀ ਹੈ। ਤੋ ਰਾਹ ਤੇ ਦੌੜੀ ਦਾ ਇੱਕ ਸ਼ੇਰ ਹੈਗਾ ਮੈਨੂੰ ਚੱਲਦਿਆਂ ਚੱਲਦਿਆਂ ਯਾਦ ਆ ਗਿਆ, ਉਹ ਕਹਿੰਦਾ ਹੈ ਸਰਹੱਦੋਂ ਪਰ ਤਨਾਓ ਹੈ ਕਿਆ, ਸਰਹੱਦੋਂ ਪਰ ਤਨਾਓ ਹੈ ਕਿਆ, ਆਨੇ ਵਾਲਾ ਚਨਾਓ ਹੈ ਕਿਆ, ਸਰਹੱਦੋਂ ਪਰ ਤਨਾਓ ਹੈ ਕਿਆ, ਆਨੇ ਵਾਲਾ ਚਨਾਓ ਹੈ ਕਿਆ, ਦੋਨੋਂ ਸਮਤੋਂ ਮੇਂ ਖੌਫ ਬਿਖਰਾ ਹੈ, ਤੀਸਰੀ ਸਮਤ ਕਾ ਦਬਾਓ ਹੈ ਕਿਆ। ਜਿਹੜੀ ਤੀਸਰੀ ਸਮਤ ਹੈ ਨਾ, ਜਿਹੜੀ ਦਿਨੇ ਇਸਲਾਮਾਬਾਦ ਜਾਂਦੀ ਹੈ, ਸ਼ਾਮ ਨੂੰ ਦਿੱਲੀ ਜਾਂਦੀ ਹੈ, ਦੋਈ ਪਾਸੇ ਹਥਿਆਰ ਵੇਚਦੀ ਹੈ ਤੇ ਸਾਨੂੰ ਆਪਸ ਵਿੱਚ ਲੜਾਉਂਦੀ ਹੈ, ਉਹ ਅਸੀਂ ਲੜਦੇ ਹੀ ਰਹਿਣਾ ਹੈ ਜਿੰਨਾ ਚਿਰ ਤੱਕ
ਉਧਰ ਵੀ ਭਗਤ ਸਿੰਘ ਦੇ ਪਿਆਰੇ ਫਹੀਮ ਖਾਂ ਉਹਨਾਂ ਵਰਗੇ ਪੈਦਾ ਨਾ ਹੋਏ ਤੇ ਅਸੀਂ ਲੜਦੇ ਹੀ ਰਵਾਂਗੇ। ਮੈਂ ਕਿਹਾ ਸੀ ਭਗਤ ਸਿੰਘ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਭਗਤ ਸਿੰਘ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਹੋ ਹੀ ਕਾਰਨ ਹੈ ਕਿ ਅੱਜ ਉਹ ਪਾਰਟੀਆਂ ਜਿਨ੍ਹਾਂ ਦਾ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਲ ਕੋਈ ਲਾਗਾ ਦੇਗਾ ਨਹੀਂ, ਕੋਈ ਵਾਹ ਵਾਸਤਾ ਨਹੀਂ, ਉਹ ਸਭ ਤੋਂ ਵੱਧ ਭਗਤ ਸਿੰਘ ਦਾ ਹੋਣ ਦਾ ਖੇਖਣ ਰਚਦੀਆਂ ਨੇ, ਪਖੰਡ ਰਚਦੀਆਂ ਨੇ। ਔਰ ਉਹ ਕਹਿੰਦੀਆਂ ਨੇ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਤੇ ਸਮਾਜ ਸਿਰਜਾਂਗੇ। ਦਿਲਚਸਪੀ ਦੀ ਗੱਲ ਇਹ ਹੈ ਕਿ ਜਿਹੜੇ ਫਿਰਕੂ ਏਜੰਡੇ ਦੇ ਖਿਲਾਫ ਭਗਤ ਸਿੰਘ ਨੇ ਬੜੇ ਜ਼ੋਰ ਦੇ ਨਾਲ ਆਵਾਜ਼ ਉਠਾਈ ਸੀ, ਅੱਜ ਉਸ ਫਿਰਕੂ ਏਜੰਡੇ ਨੂੰ ਲੈ ਕੇ ਤੁਰਿਆ ਹੋਇਆ ਨਰਿੰਦਰ ਮੋਦੀ ਕਹਿ ਰਿਹਾ ਹੈ ਕਿ ਹਮ ਭਗਤ ਸਿੰਘ ਕੇ ਸਪਨੋ ਕੋ ਫਲ ਲਗਾਏਗੇ ਜਬ ਹਮਾਰੀ ਸਰਕਾਰ ਬਣ ਗਈ। ਔਰ ਦਿਲਚਸਪ ਗੱਲ ਇਹ ਹੈ ਕਿ ਉਹ ਕਹਿ ਰਿਹਾ ਕਿ 75 ਵਰ੍ਹਿਆਂ ਦੇ ਬਾਅਦ ਭਗਤ ਸਿੰਘ ਦੇ ਸੁਪਨਿਆਂ ਨੂੰ ਫਲ ਲੱਗੇਗਾ ਜੇ ਮੈਂ ਪ੍ਰਧਾਨ ਮੰਤਰੀ ਬਣੂੰਗਾ। ਤੇ ਮੈਂ ਜਦੋਂ ਰਿਲੇਟ ਕਰਕੇ ਦੇਖਦਾ ਸੀ ਜਿਵੇਂ ਕਾਲੋ ਸਾਹਿਬ ਨੇ ਐਗਜੈਕਟ ਦੱਸਿਆ ਭਗਤ ਸਿੰਘ ਇੰਨੇ ਸਾਲ ਇੰਨੇ ਮਹੀਨੇ ਦਾ ਸੀ, ਤੇ ਮੈਂ ਕਿਹਾ 75 ਸਾਲਾਂ ਨੂੰ ਕਿੱਥੇ ਰਿਲੇਟ ਕਰੀਏ, ਕਿ ਦੇਸ਼ ਆਜ਼ਾਦ ਹੋਏ ਨੂੰ ਤਾਂ 75 ਸਾਲ ਅਜੇ ਨਹੀਂ ਹੋਏ। ਇਸ ਪਾਸੇ ਰਿਲੇਟ ਕੀਤਾ ਜਾ ਸਕਦਾ ਜਾਂ ਤੇ ਜਾਂ ਰਿਲੇਟ ਕੀਤਾ ਜਾ ਸਕਦਾ ਉਹਨਾਂ ਦੇ ਜਨਮ ਨਾਲ ਜਾਂ ਸ਼ਹੀਦੀ ਨਾਲ, ਇੱਥੇ ਵੀ 75 ਸਾਲ ਰਿਲੇਟ ਨਹੀਂ ਹੁੰਦੇ। ਤੇ ਗੱਲ ਵਿੱਚੋਂ ਨਿਕਲਦੀ ਇਹ ਹੈ ਕਿ ਉਹਨੂੰ ਪਤਾ ਹੀ ਨਹੀਂ ਕਿ ਭਗਤ ਸਿੰਘ ਜਿਹੜਾ ਸੀ ਉਹ ਕਦੋਂ ਜੰਮਿਆ ਸੀ, ਕਦੋਂ ਸ਼ਹੀਦ ਹੋਇਆ ਸੀ। ਔਰ ਇੱਕ ਹੋਰ ਦਿਲਚਸਪ ਗੱਲ ਦੱਸਾਂ, ਉਹ ਬੋਲਦਿਆਂ ਇਹ ਕਹਿ ਰਿਹਾ ਆਪਣੇ ਭਾਸ਼ਣ ਦੇ ਵਿੱਚ ਕਿ ਭਗਤ ਸਿੰਘ ਹੁਣਾਂ ਨੂੰ ਅੰਡੇਮਾਨ ਦੀਆਂ ਜੇਲ੍ਹਾਂ ਵਿੱਚ ਸ਼ਹੀਦ ਕੈਦ ਕੀਤਾ ਗਿਆ। ਇਹ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰਦਾ ਪਿਆ ਹੈ ਕਿ ਮੈਂ ਕਹਿ ਰਿਹਾ ਭਗਤ ਸਿੰਘ ਨੂੰ ਇਗਨੋਰ ਕਰਨਾ ਮੋਦੀ ਵਾਸਤੇ ਔਖਾ ਹੈ, ਸੋਨੀਆ ਵਾਸਤੇ ਔਖਾ ਹੈ, ਉਹਦਾ ਨਾਂ ਲੈਣਗੇ ਪਰ ਕਰਨਗੇ ਉਹ ਜੋ ਭਗਤ ਸਿੰਘ ਨੇ ਚਾਹਿਆ ਸੀ ਉਹਦੇ ਬਿਲਕੁਲ ਖਿਲਾਫ। ਸਾਡੇ ਕਹਿਣ ਉੱਤੇ, ਸਾਡੇ ਜ਼ੋਰ ਦੇਣ ਉੱਤੇ ਭਗਤ ਸਿੰਘ ਦਾ ਬੁੱਤ ਪਾਰਲੀਮੈਂਟ ਵਿੱਚ ਵੀ ਲੱਗ ਸਕਦਾ ਹੈ, ਉਸ ਦੇ ਵਿੱਚ ਜਿੱਥੇ ਕਦੀ ਉਹਨਾਂ ਨੇ ਬੰਬ ਚਲਾਇਆ ਸੀ ਬੋਲਿਆ ਕੰਨਾਂ ਵਿੱਚ ਆਵਾਜ਼ ਪਹੁੰਚਾਉਣ ਵਾਸਤੇ, ਉਸੇ ਪਾਰਲੀਮੈਂਟ ਵਿੱਚ ਇੱਕ ਤਿਹਾਈ ਬਲਾਤਕਾਰੀ ਗੁੰਡੇ ਤੇ ਡਾਕੂ ਬੈਠੇ ਹੋਏ ਨੇ, ਉਸੇ ਪਾਰਲੀਮੈਂਟ ਦੇ ਵਿੱਚ ਜਿੱਥੇ ਕਦੀ ਉਹ ਦੋ ਕਾਲੇ ਕਾਨੂੰਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਸੀ, ਉੱਥੇ ਪੋਟਾ ਬੀਸਾ ਤੇ ਪਤਾ ਨਹੀਂ ਕਿੰਨੇ ਕਿੰਨੇ ਕਾਲੇ ਕਾਨੂੰਨ ਪਾਸ ਹੁੰਦੇ ਨੇ। ਔਰ ਭਗਤ ਸਿੰਘ ਦਾ ਬੁੱਤ ਉੱਥੇ ਬੈਠਾ ਹੋਇਆ ਇਹ ਸਾਰਾ ਕੁਛ ਵੇਖਦਾ ਹੈ। ਇਸੇ ਕਰਕੇ ਮੈਂ ਕਦੀ ਕਿਹਾ ਸੀ ਜਿਨ੍ਹਾਂ ਨੇ ਜਿਹੜੇ ਬੁੱਤ ਲਾਉਂਦੇ ਨੇ ਸ਼ਹੀਦਾਂ ਦੇ, ਮੈਂ ਕਿਹਾ ਸੀ ਸ਼ਹੀਦ ਦੇ ਬੁੱਤ ਤੋਂ ਪਰਦਾ ਉਠਾਉਣ ਤੋਂ ਪਹਿਲਾਂ ਆਪ ਉਸ ਪਰਦੇ ਤੋਂ ਬਾਹਰ ਆਓ ਜਿਸ ਦੀ ਓਟ ਵਿੱਚ ਇਸ ਨੂੰ ਕਤਲ ਕੀਤਾ ਜੀ। ਸਾਨੂੰ ਨੋਟਾਂ ਤੇ ਛਪਿਆ ਭਗਤ ਸਿੰਘ ਨਹੀਂ ਚਾਹੀਦਾ, ਨੋਟਾਂ ਤੇ ਛਪਿਆ ਗਾਂਧੀ ਵੀ ਇਰਰੈਲੇਵੈਂਟ ਹੋ ਗਿਆ ਹੈ। ਸਾਨੂੰ ਪਾਰਲੀਮੈਂਟ ਵਿੱਚ ਭਗਤ ਸਿੰਘ ਦਾ ਬੁੱਤ ਨਹੀਂ ਚਾਹੀਦਾ, ਠੀਕ ਹੈ ਸਿੰਬੋਲਿਕ ਪੱਧਰ ਉੱਤੇ ਇਹ ਗੱਲਾਂ ਇੱਕ ਹੱਦ ਤੱਕ ਆਦਰ ਮਾਣ ਦਾ ਚਿੰਨ੍ਹ ਹੁੰਦੀਆਂ ਨੇ, ਪਰ ਅੱਜ ਜੇ ਭਗਤ ਸਿੰਘ ਦੀ ਆਤਮਾ ਜੇ ਹੁੰਦੀ ਜਿਹਦੇ ਵਿੱਚ ਉਹਦਾ ਕੋਈ ਵਿਸ਼ਵਾਸ ਨਹੀਂ ਸੀ, ਤੇ ਇਹ ਬੁੱਤ ਜਿਹੜਾ ਸੀ ਜਦੋਂ ਉੱਥੇ ਕੋਈ ਬੋਲਦਾ ਪਾਰਲੀਮੈਂਟ ਦੇ ਵਿੱਚ, ਤੇ ਫਿਰ ਇਹ ਬੁੱਤ ਜਿਹੜਾ ਸੀ ਇਹਨੇ ਆਪਣੇ ਆਪ ਹੀ ਬੰਬ ਵਾਂਗੂ ਵਿਸਫੋਟ ਹੋ ਜਾਣਾ ਸੀ, ਔਰ ਦੱਸਣਾ ਸੀ ਚਾਨਣ ਕਰਕੇ ਕਿ ਤੁਸੀਂ ਜਿਹੜਾ ਕੂੜ ਦਾ ਪਸਾਰਾ ਕਰੀ ਫਿਰਦੇ ਹੋ ਮੈਂ ਤੁਹਾਡੇ ਖਿਲਾਫ ਹਾਂ। ਸਾਨੂੰ ਪੱਥਰ ਦਾ ਬੁੱਤ ਬਣਿਆ ਭਗਤ ਸਿੰਘ ਨਹੀਂ ਚਾਹੀਦਾ, ਸਾਨੂੰ ਲਾਵੇ ਵਾਂਗ ਮਗਦਾ ਤੇ ਬਲਦਾ ਭਗਤ ਸਿੰਘ ਚਾਹੀਦਾ ਹੈ, ਜਿਹੜਾ ਜਿਹਦੇ ਵਿੱਚ ਵਿਚਾਰਾਂ ਦਾ ਤੇਜ਼ ਵੀ ਹੋਵੇ,
ਜਿਹਦੇ ਵਿੱਚ ਐਕਸ਼ਨ ਦਾ ਤੇਜ਼ ਵੀ ਹੋਵੇ। ਔਰ ਭਗਤ ਸਿੰਘ ਦੇ ਬਾਰੇ ਜੇ ਅਸੀਂ ਗੱਲਾਂ ਕਰਾਂਗੇ ਇਹਦੀਆਂ ਗੱਲਾਂ ਨੇ, ਪਰ ਮੈਂ ਕੁਝ ਗੱਲਾਂ ਜਿਹੜੀਆਂ ਨੇ ਜਿਹੜੇ ਭਗਤ ਸਿੰਘ ਦੇ ਨਾਲ ਕੁਛ ਗਲਤ ਆਮ ਗੱਲਾਂ ਜੁੜ ਗਈਆਂ ਨੇ ਉਹਨਾਂ ਗੱਲਾਂ ਬਾਰੇ ਮੈਂ ਦੋ ਚਾਰ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਕਿਉਂਕਿ ਸਾਡੇ ਵਾਸਤੇ ਭਗਤ ਸਿੰਘ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਭਗਤ ਸਿੰਘ ਨੂੰ ਭਗਤ ਸਿੰਘ ਬਣਨਾ ਤਾਂ ਬਹੁਤ ਔਖਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਭਗਤ ਸਿੰਘ ਬਣਨ ਦੀ ਕੋਸ਼ਿਸ਼ ਛੱਡ ਦਈਏ। ਭਗਤ ਸਿੰਘ ਬਣਨਾ ਬਹੁਤ ਔਖਾ ਹੈ, ਇੰਨਾ ਔਖਾ ਹੈ ਕਹਿੰਦੇ ਨੇ ਨਾ ਵੀ ਕੋਈ ਨਹੀਂ ਚਾਹੁੰਦਾ, ਹੀਰ ਦੀ ਸਾਰੇ ਤਾਰੀਫ ਕਰਨਗੇ, ਕੋਈ ਨਹੀਂ ਚਾਹੁੰਦਾ ਸਾਡੇ ਘਰ ਹੀਰ ਪੈਦਾ ਹੋਵੇ। ਭਗਤ ਸਿੰਘ ਦੀ ਵੀ ਸਾਰੇ ਕਹਿਣਗੇ ਭਗਤ ਸਿੰਘ ਬਹੁਤ ਮਹਾਨ ਹੈ, ਮੈਂ ਨਹੀਂ ਗੱਲਾਂ ਕਰਦਾ, ਪਰ ਕੋਈ ਇਹ ਨਹੀਂ ਕਹਿੰਦਾ ਜੇ ਭਗਤ ਸਿੰਘ ਸਾਡੇ ਘਰ ਪੈਦਾ ਹੋਵੇ, ਕਿਉਂਕਿ ਜਵਾਨੀ ਵਿੱਚ ਮੌਤ ਸਾਹਮਣੇ ਦਿਸਦੀ ਹੈ ਪੁੱਤ ਦੀ। ਤੇ ਸੱਚੀ ਗੱਲ ਤਾਂ ਇਹ ਹੈ ਕਿ ਉਹ ਬਹਾਦਰ ਖਾਨ ਦਾ ਜਿਹਨਾਂ ਦਾ ਸਾਰਾ ਕੁਛ ਹੀ ਦੇਸ਼ ਦੀ ਆਜ਼ਾਦੀ ਵਾਸਤੇ ਸਮਰਪਿਤ ਹੋਇਆ ਸੀ, ਸਰਦਾਰ ਕਿਸ਼ਨ ਸਿੰਘ ਵੀ ਨਹੀਂ ਸੀ ਚਾਹੁੰਦਾ ਕਿ ਭਗਤ ਸਿੰਘ ਬਣ ਜਾਵੇ, ਉਹ ਵੀ ਚਾਹੁੰਦਾ ਸੀ ਕਿ ਮੇਰਾ ਪੁੱਤ ਵਿਆਹ ਕਰਾ ਕੇ ਘਰ ਦੇ ਕਾਰੋਬਾਰ ਵਿੱਚ ਰੁੱਝ ਜਾਵੇ ਤੇ ਸਾਈਡ ਬਿਜ਼ਨਸ ਦੇ ਤੌਰ ਉੱਤੇ ਸਿਆਸਤ ਕਰਨੀ ਹੈ ਤੇ ਕਰੀ ਜਾਵੇ। ਪਰ ਭਗਤ ਸਿੰਘ ਨੇ ਇਸ ਸਾਈਡ ਬਿਜ਼ਨਸ ਵਾਲੀ ਸਿਆਸਤ ਨੂੰ ਇਨਕਾਰ ਕਰ ਦਿੱਤਾ ਸੀ ਔਰ ਉਹਨੇ ਕਿਹਾ ਸੀ ਕਿ ਮੇਰੇ ਤੇ ਬਾਬੇ ਨੇ ਹੀ 10 ਸਾਲ ਦੀ ਉਮਰ ਵਿੱਚ ਇਹ ਕਹਿ ਦਿੱਤਾ ਸੀ ਜਦੋਂ ਜਨੇਊ ਪਾਇਆ ਸੀ, ਰਸਮ ਕੀਤੀ ਸੀ ਕਿ ਮੈਂ ਆਪਣੇ ਪੋਤਰੇ ਜਿਹੜੇ ਆ ਇਹ ਦੇਸ਼ ਦੀ ਆਜ਼ਾਦੀ ਦੀ ਦੇਵੀ ਦੇ ਉੱਤੇ ਬਲੀ ਦੇਣ ਵਾਸਤੇ ਅੱਜ ਤੋਂ ਕੁਰਬਾਨ ਕਰਦਾ ਹਾਂ। ਤੋ ਭਗਤ ਸਿੰਘ ਜਿਹੜਾ ਹੈ ਉਸਨੂੰ ਸਮਝਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹੀਏ, ਭਗਤ ਸਿੰਘ ਨੂੰ ਉਹਦੇ ਸ਼ਬਦਾਂ ਵਿੱਚੋਂ ਜਾਣੀਏ। ਭਗਤ ਸਿੰਘ ਨੂੰ ਸਿਰਫ ਇਸ ਕਰਕੇ ਨਾ ਜਾਣੀਏ ਕਿ ਭਗਤ ਸਿੰਘ ਨੇ ਬੰਬ ਸੁੱਟਿਆ ਸੀ ਅਸੈਂਬਲੀ ਹਾਲ ਦੇ ਵਿੱਚ, ਕਿ ਭਗਤ ਸਿੰਘ ਨੇ ਸਾਂਡਰਸ ਦਾ ਕਤਲ ਕੀਤਾ ਸੀ, ਨਹੀਂ ਇਹ ਵੀ ਉਹਨੇ ਕੀਤਾ ਸੀ, ਪਰ ਅਸੀਂ ਇੱਥੋਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ। ਭਗਤ ਸਿੰਘ ਇਸ ਤੋਂ ਪਾਰ ਬਹੁਤ ਪਾਰ ਨਿਕਲ ਗਿਆ ਸੀ, ਇੰਨਾ ਪਾਰ ਕਿ ਉਹਨੇ ਆਪਣੇ ਆਪ ਨੂੰ ਜੋ ਕੁਛ ਪਹਿਲਾਂ ਕਰ ਚੁੱਕਿਆ ਉਹਦੇ ਵਿੱਚ ਉਹਨੇ ਆਪਣੇ ਆਪ ਨੂੰ ਸੋਧਿਆ ਵੀ, ਆਪਣੇ ਆਪ ਨੂੰ ਵਿਸਥਾਰਿਆ ਵੀ। ਸਾਡੇ ਮਨ ਦੇ ਵਿੱਚ ਭਗਤ ਸਿੰਘ ਦਾ ਬਿੰਬ ਜਿਹੜਾ ਹੈ ਉਹ ਬੰਬ ਤੇ ਪਿਸਤੌਲ ਵਾਲੇ ਭਗਤ ਸਿੰਘ ਦਾ ਬਣ ਗਿਆ, ਸਾਡੇ ਮਨ ਵਿੱਚ ਭਗਤ ਸਿੰਘ ਦਾ ਬਿੰਬ ਬਣ ਗਿਆ ਪਿਸਤੌਲ ਚਲਾਉਣ ਵਾਲੇ ਭਗਤ ਸਿੰਘ ਦਾ ਜਿਹਨੇ ਸਾਂਡਰਸ ਦਾ ਕਤਲ ਕੀਤਾ ਸੀ। ਇੱਕ ਮੈਂ ਇਹ ਵੀ ਗੱਲ ਕਰਦਾ ਸੱਚ ਇਹ ਵੀ ਇੱਕ ਭਰਮ ਜੁੜਿਆ ਹੋਇਆ ਕਿ ਜੀ ਉਹਨਾਂ ਨੇ ਇੱਕ ਗਲਤ ਆਈਡੈਂਟੀ ਦੇ ਮਸਲੇ ਕਰਕੇ, ਮਿਸਟੇਕਨ ਆਈਡੈਂਟੀ ਸੀ, ਉਹ ਮਾਰਨਾ ਤੇ ਸਕਾਟ ਨੂੰ ਚਾਹੁੰਦੇ ਸਨ ਤੇ ਮਾਰ ਦਿੱਤਾ ਸੀ ਭੁਲੇਖੇ ਨਾਲ ਸਾਂਡਰਸ ਨੂੰ। ਇਹ ਜੈਕਪਾਲ ਨੂੰ ਭੁਲੇਖਾ ਲੱਗਾ ਸੀ ਕਿਉਂਕਿ ਉਹ ਜਦੋਂ ਵਾਅਦਾ ਮਾਫ ਗਵਾਹ ਬਣ ਗਿਆ ਤੇ ਉਹਨੂੰ ਪਤਾ ਨਹੀਂ ਸੀ ਅਸਲ ਵਿੱਚ ਇਸ ਗੱਲ ਦਾ, ਪਰ ਹਕੀਕਤ ਇਹ ਆ ਕਿ ਸਕਾਟ ਜਿਹੜਾ ਹੈ ਉਹਨੇ ਹੁਕਮ ਦਿੱਤਾ ਸੀ ਤੇ ਸਾਂਡਰਸ ਨੇ ਲਾਠੀਆਂ ਮਾਰੀਆਂ ਸੀ ਭਗਤ ਸਿੰਘ ਲਾਲਾ ਲਾਜਪਤ ਰਾਏ ਦੀ ਛਤਰੀ ਉੱਤੇ ਵੀ ਲਾਠੀਆਂ ਜਿਹੜੀਆਂ ਵੱਜੀਆਂ ਸੀ ਸੁੱਟੀਆਂ ਉਹ ਸਾਂਡਰਸ ਦੀਆਂ ਵੱਜੀਆਂ ਸਨ। ਔਰ ਭਗਤ ਸਿੰਘ ਹੁਰਾਂ ਨੇ ਦੋਵਾਂ ਬਾਰੇ ਸੋਚਿਆ ਸੀ ਵੀ ਜਿਹੜਾ ਵੀ ਅੜਿੱਕੇ ਆ ਜਾਵੇ ਉਸੇ ਨੂੰ ਖਤਮ ਕਰਨਾ, ਪਰ ਸਕਾਟ ਨੂੰ ਖਤਮ ਕਰਨਾ ਸੌਖਾ ਨਹੀਂ ਸੀ ਲੱਗਦਾ ਕਿਉਂਕਿ ਉਹ ਬਹੁਤਾ ਆਪਣੇ ਬੰਗਲੇ 'ਤੇ ਰਹਿੰਦਾ ਸੀ। ਜਿਹੜਾ ਸਾਂਡਰਸ ਸੀ ਇਹ ਰੋਜ਼ ਹੀ ਆਪਣੇ ਦਫ਼ਤਰ ਆਉਂਦਾ ਸੀ, ਇਹ ਲਾਲ ਮੋਟਰਸਾਈਕਲ 'ਤੇ ਆਉਂਦਾ ਸੀ, ਉਹ ਆਪਣੇ ਨੀਲੇ ਰੰਗ ਦੀ ਕਾਰ ਵਿੱਚ ਕਦੀ ਕਦੀ ਗੇੜਾ ਮਾਰਦਾ ਸੀ। ਔਰ ਯਸ਼ਪਾਲ ਨੇ ਬੜਾ ਸਾਫ਼ ਲਿਖਿਆ ਹੈ, ਉਹ ਕਹਿੰਦਾ ਕਿ ਜਦੋਂ ਸਾਂਡਰਸ ਨੂੰ ਮਾਰਿਆ ਉਦੋਂ ਤਾਂ 3 ਦਿਨ ਸਾਨੂੰ ਪਤਾ ਸੀ, 3 ਦਿਨਾਂ ਤੋਂ ਪਹਿਲਾਂ ਤਾਂ ਸਕਾਟ ਜਿਹੜਾ ਉਹ ਬਾਹਰ ਗਿਆ ਹੋਇਆ ਸੀ, ਉਹ ਸ਼ਹਿਰ ਦੇ ਵਿੱਚ ਹੀ ਨਹੀਂ ਸੀ। ਤੋ ਇਸ ਕਰਕੇ ਇੱਕ ਤਾਂ ਮੈਂ ਗੱਲ ਸਾਫ਼ ਕਰਨੀ ਚਾਹੁੰਦਾ ਕਿ ਉਹਨਾਂ ਨੇ ਸਾਂਡਰਸ ਨੂੰ ਕਤਲ ਕੀਤਾ ਸੀ, ਪਰ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਭਗਤ ਸਿੰਘ ਦਾ ਜਿਹੜਾ ਇੱਕ ਬੰਬ ਅਤੇ ਪਿਸਤੌਲ ਵਾਲਾ ਜਿਹੜਾ ਇੱਕ ਬਿੰਬ ਬਣ ਗਿਆ, ਭਗਤ ਸਿੰਘ ਨੇ ਆਪਣੇ ਅਧਿਐਨ ਦੇ ਰਾਹੀਂ
ਉਸ ਬਿੰਬ ਨੂੰ ਆਪ ਤੋੜਿਆ। ਉਹ ਕਹਿੰਦਾ ਹੈ ਆਪ ਬਾਰ ਬਾਰ ਤੁਸੀਂ ਉਹਦੀਆਂ ਲਿਖਤਾਂ ਪੜੋਗੇ, ਉਹ ਬਾਰ ਬਾਰ ਵੱਖ ਵੱਖ ਥਾਵਾਂ ਤੇ ਕਹਿੰਦਾ ਹੈ ਬੰਬ ਤੇ ਪਿਸਤੌਲ ਇਨਕਲਾਬ ਵਾਸਤੇ ਜ਼ਰੂਰੀ ਨਹੀਂ, ਸਗੋਂ ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਇਹ ਵਧੇਰੇ ਨੁਕਸਾਨ ਪਹੁੰਚਾਉਣ। ਉਹਨੇ ਇਹ ਵੀ ਕਿਹਾ ਕਿ ਮੈਨੂੰ ਆਤੰਕਵਾਦੀ ਸਮਝ ਲਿਆ ਜਾਂਦਾ ਹੈ, ਕਿਤੇ ਫਹੀਮੁਣੀ ਕਹਿ ਗਏ ਉਹ ਅਨਾਰਕਿਸਟ ਸੀ। ਕਹਿੰਦਾ ਹਾਂ ਮੈਂ ਹੋ ਸਕਦਾ ਜ਼ਿੰਦਗੀ ਦੇ ਪਹਿਲੇ ਵਰਿਆਂ ਦੇ ਵਿੱਚ ਅਜਿਹਾ ਰਿਹਾ ਵੀ ਹੋਵਾਂ, ਪਰ ਮੈਂ ਹਕੀਕਤ ਦੇ ਵਿੱਚ ਇਨਕਲਾਬੀ ਹਾਂ ਔਰ ਮੇਰੇ ਕੋਲ ਨਿਸ਼ਚਿਤ ਵਿਚਾਰ ਹਨ ਜਿਹਨਾਂ ਵਿਚਾਰਾਂ ਦੇ ਆਧਾਰ 'ਤੇ ਉਹ ਕਹਿੰਦਾ ਕਿ ਸਾਨੂੰ ਇੱਕ ਪਾਰਟੀ ਦੀ ਲੋੜ ਹੈ, ਸਾਨੂੰ ਜਨਤਕ ਇਨਕਲਾਬ ਦੀ ਲੋੜ ਹੈ, ਸਾਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਜ਼ਰੂਰਤ ਹੈ। ਇੱਕ ਸਾਡੇ ਇਹ ਬਣਿਆ ਹੋਇਆ ਹੈ ਕਿ ਅਸੀਂ ਆਮ ਤੌਰ ਉੱਤੇ ਮੈਂ ਵੀ ਨਿੰਦਦਾ ਹਾਂ ਗਾਂਧੀ ਦੇ ਬਾਰੇ ਅਸੀਂ ਗੱਲਾਂ ਕਰਦੇ ਹਾਂ, ਤੋ ਇੱਡਾ ਬੈਲੈਂਸਡ ਰਵੱਈਆ ਭਗਤ ਸਿੰਘ ਦਾ ਉਹਦੀਆਂ ਲਿਖਤਾਂ ਵਿੱਚੋਂ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ। ਉਹ ਗਾਂਧੀ ਬਾਰੇ ਵੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਉਹ ਮਾਨਵਤਾਵਾਦੀ ਤੇ ਦਿਆਲੂ ਹੈ, ਪਰ ਦਿਆਲੂ ਹੋਣ ਨਾਲ ਜਾਂ ਮਾਨਵਤਾਵਾਦੀ ਹੋਣ ਦੇ ਨਾਲ ਤਬਦੀਲੀ ਨਹੀਂ ਆਉਂਦੀ। ਅਗਲੀ ਗੱਲ ਉਹ ਕਹਿੰਦਾ ਕਿ ਜਿਹੜਾ ਮਹਾਤਮਾ ਗਾਂਧੀ ਹੈ ਇਹਨੇ ਕਿਰਤੀ ਲੋਕਾਂ ਨੂੰ ਲਹਿਰ ਦਾ ਹਿੱਸਾ ਬਣਾ ਕੇ ਇਨਕਲਾਬ ਦੇ ਰਾਹ ਉੱਤੇ ਲੈ ਆਉਂਦਾ ਹੈ। ਇਸ ਪੱਖ ਤੋਂ ਉਹ ਕਹਿੰਦਾ ਇਸ ਪੱਖ ਤੋਂ ਸਾਨੂੰ ਅਹਿੰਸਾ ਦੇ ਇਸ ਫਰਿਸ਼ਤੇ ਦੀ ਕਹਿੰਦਾ ਦੇ ਕੌਮਿਆਂ 'ਚ ਅਹਿੰਸਾ ਦੇ ਇਸ ਫਰਿਸ਼ਤੇ ਨੂੰ ਉਹਦਾ ਬਣਦਾ ਸਥਾਨ ਦੇਣਾ ਚਾਹੀਦਾ। ਮਤਲਬ ਕੀ ਹੈ ਕਿ ਜਿਹੜੀ ਗਾਂਧੀ ਨੇ ਮੂਵਮੈਂਟ ਖੜੀ ਕੀਤੀ ਹੈ ਉਹਦੇ ਬਾਰੇ ਉਹ ਕਹਿੰਦਾ ਹੈ ਕਿ ਇਹ ਬੁਰਜਵਾ ਜ਼ਿੱਦ ਵਾਲਾ ਬੰਦਾ ਹੈ, ਬੁਰਜਵਾ ਹਿੱਤਾਂ ਲਈ ਭੁਗਤਣ ਵਾਲਾ ਬੰਦਾ ਹੈ, ਪਰ ਇਹਨੇ ਆਪਣੇ ਸੰਘਰਸ਼ ਦੇ ਰਾਹੀਂ ਇੱਕ ਲੋਕ ਚੇਤਨਾ ਪੈਦਾ ਕਰ ਦਿੱਤੀ ਹੈ, ਉਸ ਚੇਤਨਾ ਨੂੰ ਅਸੀਂ ਆਪਣੇ ਹਿੱਤਾਂ ਵਾਸਤੇ ਵਰਤ ਸਕਦੇ ਹਾਂ। ਔਰ ਅਹਿੰਸਾ ਬਾਰੇ ਵੀ ਉਹ ਕਹਿੰਦਾ ਹੈ, ਕਿਉਂਕਿ ਸਾਡੇ ਅਸੀਂ ਹਿੰਸਾ ਅਹਿੰਸਾ ਦੇ ਸਵਾਲਾਂ ਬਾਰੇ ਅਕਸਰ ਗੱਲ ਕਰਦੇ ਹਾਂ, ਇਹਦੇ ਬਾਰੇ ਵੀ ਉਹ ਬੜਾ ਉਹਦਾ ਸਪਸ਼ਟ ਨਜ਼ਰੀਆ। ਉਹ ਕਹਿੰਦਾ ਕਿ ਬਹੁਤ ਜ਼ਰੂਰਤ ਵੇਲੇ ਸਾਨੂੰ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਦੀ ਬੁਨਿਆਦੀ ਅਤੇ ਅਟੁੱਟ ਨੀਤੀ ਹੁੰਦੀ। ਮਤਲਬ ਕਹਿਣ ਤੋਂ ਹੈ ਕਿ ਭਗਤ ਸਿੰਘ ਨੇ ਆਪਣੇ ਜਿਹਨੂੰ ਉਹ ਕਹਿੰਦਾ ਸੀ ਕਿ ਇਨਕਲਾਬ ਬੰਬ ਅਤੇ ਪਿਸਤੌਲ ਨਾਲ ਨਹੀਂ ਆਉਂਦਾ, ਇਹ ਆਪਣੇ ਵਿਚਾਰਾਂ ਨੂੰ ਜਿਹੜਾ ਹੈ ਕਿ ਨਹੀਂ ਵਿਚਾਰਾਂ ਦੀ ਸਾਣ ਉੱਤੇ ਤਿੱਖਿਆ ਕਰਕੇ ਵਿਚਾਰਾਂ ਦੀ ਤਲਵਾਰ ਦੇ ਨਾਲ ਜਿਹੜਾ ਉਹ ਇਨਕਲਾਬ ਆਉਣਾ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਹੱਥਾਂ ਵਿੱਚ ਹਥਿਆਰ ਲੈਣ ਤੋਂ ਪਹਿਲਾਂ ਸਾਨੂੰ ਆਪਣੇ ਸਿਰਾਂ ਨੂੰ ਹਥਿਆਰਬੰਦ ਕਰਨ ਦੀ ਜ਼ਰੂਰਤ ਹੁੰਦੀ ਹੈ, ਔਰ ਭਗਤ ਸਿੰਘ ਨੇ ਆਪਣੇ ਸਿਰ ਨੂੰ ਹਥਿਆਰਬੰਦ ਕੀਤਾ। ਔਰ ਤੁਸੀਂ ਇੱਕ ਜਿਹੜੀ ਖੂਬਸੂਰਤ ਗੱਲ ਹੈਗੀ ਹੈ ਉਹ ਇਹ ਹੈ ਕਿ ਭਗਤ ਸਿੰਘ ਦੀ ਲਾਈਫ ਨੂੰ ਤੁਸੀਂ ਦੇਖਦੇ ਹੋ, ਇੰਨੀ ਫੋਕਸਡ ਲਾਈਫ। ਇਹ ਠੀਕ ਹੈ ਉਹਨਾਂ ਨੇ ਕਿਹਾ ਸੀ ਕਿ ਉਹ ਮੁਹੱਬਤ ਵੀ ਕਰਦੇ ਸਨ, ਪਿਆਰ ਵੀ ਕਰਦੇ ਸਨ, ਕੁੜੀਆਂ ਦੀਆਂ ਗੱਲਾਂ ਵੀ ਕਰਦੇ ਸਨ। ਭਗਤ ਸਿੰਘ ਵੀ ਇੱਕ ਕੁੜੀ ਨੂੰ ਮੁਹੱਬਤ ਕਰਦਾ ਸੀ ਪਰ ਨਹੀਂ ਸਿਰੇ ਚੜ੍ਹੀ, ਉਹ ਵੱਖਰੀ ਗੱਲ ਹੈਗੀ ਹੈ। ਤੋ ਇਹ ਜ਼ਿੰਦਗੀ ਨੂੰ ਵੀ ਮੁਹੱਬਤ ਕਰਨ ਵਾਲੇ ਸਨ, ਖੁਸ਼ ਮਿਜ਼ਾਜ ਲੋਕ ਵੀ ਸਨ। ਉਹ ਮੈਨੂੰ ਤਾਂ ਰਾਜਗੁਰੂ ਦੀ ਗੱਲ ਕਰਦੇ ਆ ਉਹਦਾ ਹਾਸਾ, ਰਾਜਗੁਰੂ ਦੇ ਮਨ ਵਿੱਚ ਸੀ ਵੀ ਹਰ ਗੱਲ 'ਚ ਹੀ ਭਗਤ ਸਿੰਘ ਅੱਗੇ, ਹਰ ਗੱਲ ਵਿੱਚ ਹੀ ਭਗਤ ਸਿੰਘ ਅੱਗੇ, ਕਿਉਂਕਿ ਉਹ ਫੈਸਲਾ ਆ ਜਾਵੇ ਜਦੋਂ ਗੋਲੀ ਮਾਰਨੀ ਹੈ ਤਾਂ ਪਹਿਲਾਂ ਭਗਤ ਸਿੰਘ ਮਾਰੂਗਾ। ਉਹਨੇ ਮਨ 'ਚ ਸੋਚਿਆ ਸੀ ਕੋਈ ਨਹੀਂ, ਅੱਜ ਭਗਤ ਸਿੰਘ ਨੂੰ ਨੰਬਰ ਨਹੀਂ ਲੈਣ ਦੇਣਾ। ਤੋ ਜਦੋਂ ਸਾਡਸ ਨਿਕਲਿਆ ਜੈਕਪਾਲ ਨੇ ਇਸ਼ਾਰਾ ਕੀਤਾ, ਉਹਨੇ ਪਹਿਲੀ ਠਾਹ ਕਰਦੀ ਗੋਲੀ ਮਾਰੀ, ਉਹ ਡਿੱਗ ਪਿਆ ਭਗਤ ਸਿੰਘ ਉਹਨਾਂ ਨੇ ਮਾਰੀ ਖਾ। ਜਦੋਂ ਆਪਣੇ ਟਿਕਾਣੇ 'ਤੇ ਪਹੁੰਚੇ ਨਾ ਤਾਂ ਕਿਸੇ ਨੇ ਕਿਹਾ ਵੀ ਰਾਜਗੁਰੂ ਨੂੰ, ਕਹਿੰਦੇ ਰਾਜਗੁਰੂ ਯਾਰ ਤੂੰ ਤਾਂ ਕਮਾਲ ਕਰਦੀ, ਤੂੰ ਐਨ ਉਹਦੇ ਸਿਰ ਦੇ ਵਿੱਚ ਠਾਹ ਕਰਦੀ ਗੋਲੀ ਮਾਰੀ। ਉਹ ਘੁਆਸ ਕੇ ਕਹਿੰਦਾ ਕਿੱਥੇ ਯਾਰ, ਮੈਂ ਤਾਂ ਆਪਣੀ ਮਾਂ ਕੋਲੋਂ ਹਿੱਕ 'ਚ ਮਾਰੀ ਸੀ, ਉਹ ਸਿਰ 'ਚ ਜਾ ਵੱਜੀ। ਮਤਲਬ ਇਹਨੇ ਜ਼ਿੰਦਾ ਦਿਲ, ਇਹਨੇ
ਸੱਚ ਬੋਲ ਨਹੀਂ ਤੇ ਹੋਰ ਕੋਈ ਆਖਿਆ ਕਿ ਮੈਂ ਤੇ ਪਹਿਲਾਂ ਹੀ ਐਨ ਸ਼ਾਨਾ ਸਿੰਧ ਕੇ ਮਾਰਿਆ ਜੀ, ਮੇਰੇ ਵਰਗਾ ਤਨਸ਼ਾਨ ਚੀ ਕੋਈ ਨੀ ਗਾ। ਤੋ ਭਗਤ ਸਿੰਘ ਖੁਦ ਬਹੁਤ ਜ਼ਿੰਦਾ ਦਿਲ ਸਨ, ਬੜੀਆਂ ਕਹਾਣੀਆਂ ਭਗਤ ਸਿੰਘ ਦੀ ਜ਼ਿੰਦਾ ਦਿਲੀ ਦੀਆਂ ਸੁਣਾਈਆਂ ਜਾ ਸਕਦੀਆਂ ਨੇ ਮੇਰੇ ਕੋਲ, ਬਹੁਤ ਹੈਗੀਆਂ ਨੇ, ਪਰ ਸਾਡੇ ਕੋਲ ਟਮੇ ਸੈਮ ਟਾਈਮ ਦੀ ਜਿਹੜੀ ਉਹ ਵੰਡ ਹੈਗੀ ਆ। ਤੋ ਮੈਂ ਉਹਦੇ ਹਿਸਾਬ ਦੇ ਨਾਲ ਜਿਹੜੀ ਗੱਲ ਕਹਿਣੀ ਆ ਉਹ ਇਹ ਕਹਿਣੀ ਆ ਕਿ ਸ਼ਹੀਦ ਭਗਤ ਸਿੰਘ ਨੂੰ ਜੇ ਅਸੀਂ ਜਾਣਨਾ ਹੈ ਅਤੇ ਸਮਝਣਾ ਹੈ ਉਹਦੀਆਂ ਲਿਖਤਾਂ ਨੂੰ ਪੜ੍ਹੀਏ, ਔਰ ਉਹਦੇ ਵਿੱਚ ਉਹਦਾ ਉਹ ਸਿਰਫ ਬਾਹਰ ਬੰਬ ਪਿਸਤੌਲ ਦੀ ਗੱਲ ਨਹੀਂ, ਉਹਦੇ ਸ਼ਬਦਾਂ ਨੂੰ ਪੜ੍ਹੋਗੇ ਅਤੇ ਹਰ ਸ਼ਬਦ ਹਰ ਵਾਕ ਜਿਹੜਾ ਉਹਦੇ ਵਿੱਚੋਂ ਬੰਬ ਚੱਲਣਗੇ, ਉਹਦੇ ਵਿੱਚੋਂ ਖੜਾਕ ਆਵੇਗਾ, ਉਹਦੇ ਵਿੱਚੋਂ ਲਿਸ਼ਕ ਨਿਕਲੇਗੀ, ਔਰ ਉਹ ਲਿਸ਼ਕ ਜਿਹੜੀ ਆ ਸਾਡੀ ਚੇਤਨਾ ਨੂੰ ਰੋਸ਼ਨ ਕਰੇਗੀ। ਇੱਥੇ ਫਹੀਮਪੁਰਾ ਨੇ ਗੱਲ ਕੀਤੀ ਸੀ, ਔਰੰਗ ਦੀ ਜ਼ਿੰਦਗੀ ਨਾਲ ਬੜੀ ਮਹੱਤਵਪੂਰਨ ਗੱਲ ਹੈਗੀ ਕਿ ਉਹ ਫਿਰਕੂ ਪਾਰਟੀਆਂ ਨਾਲ ਕੋਈ ਤੁਲਕ ਨਹੀਂ ਸਨ ਰੱਖਣ ਵਾਲੇ, ਭਾਵੇਂ ਕਿ ਉਹਨਾਂ ਦੀ ਜ਼ਿੰਦਗੀ ਲਗਾਤਾਰ ਇੱਕ ਵਿਕਸਦੀ ਹੋਈ ਸ਼ਖਸੀਅਤ ਦੀ ਨਿਸ਼ਾਨੀ ਹੈਗੀ ਹੈ। 3 ਸਾਲ ਦੀ ਉਮਰ ਦੇ ਵਿੱਚ ਉਹ ਕਹਿ ਰਿਹਾ ਕੀ ਬੀਜ ਰਿਹਾ, ਬਾਗ ਲੱਗਾ ਅੰਬਾਂ ਦਾ ਲੱਗ ਰਿਹਾ, ਅਤੇ ਮੈਂ ਤਾਂ ਆਨੰਦ ਕਿਸ਼ੋਰ ਪੁੱਛਦੇ ਨੇ, ਉਹ ਕਹਿੰਦਾ ਮੈਂ ਬਦੂਕੀਲੇ ਬੀਜ ਰਿਹਾ, ਕਹਿੰਦਾ ਮੈਂ ਬਦੂਕਾ ਬੀਜ ਰਿਹਾ ਤਾਂ ਕਿ ਅੰਗਰੇਜ਼ਾਂ ਨੂੰ ਕੱਢ ਸਕਾਂ ਬਾਹਰ। 3 ਸਾਲ ਦੀ ਉਮਰ ਦੇ ਵਿੱਚ, 10 ਸਾਲ ਦੀ ਉਮਰ ਦੇ ਵਿੱਚ ਦੇਸ਼ ਨੂੰ ਸਮਰਪਿਤ ਕਰ ਦਿੰਦਾ ਉਹਦਾ ਦਾਦਾ, 12 ਸਾਲ ਦੀ ਉਮਰ ਦੇ ਵਿੱਚ ਉਹ ਜਲਿਆਂਵਾਲੇ ਬਾਗ ਦੀ ਮਿੱਟੀ ਸ਼ਹੀਦੀ ਮਿੱਟੀ ਸਾਂਭ ਕੇ ਆਪਣੇ ਘਰ ਲੈ ਕੇ ਆਉਂਦਾ ਹੈ, ਔਰ ਗਾਂਧੀ ਦੀ ਨਾਮ ਮਿਲਵਰਤਨ ਦੇ ਨਾਲ ਵੀ ਉਹ ਹਿੱਸਾ ਲੈਂਦਾ ਔਰ ਕੱਢਦਾ ਜਲੂਸ ਔਰ ਕੱਪੜੇ ਸਾੜਦਾ ਹੈ ਬਲੈਤੀ, ਔਰ ਫਿਰ ਜਦੋਂ ਜੈਤੋ ਦਾ ਮੋਰਚਾ ਲੱਗਦਾ ਹੈ, ਸਰਦਾਰ ਕਿਸ਼ਨ ਸਿੰਘ ਪਿੰਡ ਵਿੱਚ ਨਹੀਂ ਹੈਗੇ ਬਾਹਰ ਗਏ ਹੋਏ ਨੇ, ਔਰ ਚਾਚਾ ਜਿਹੜਾ ਉਹਦਾ ਸਰਦਾਰ ਦਿਲਬਾਗ ਸਿੰਘ ਉਹ ਸਰਕਾਰ ਪ੍ਰਸਤ ਹੈਗਾ, ਉਹ ਨਹੀਂ ਚਾਹੁੰਦਾ ਕਿ ਜੈਤੋ ਨੂੰ ਜਾਣ ਵਾਲਾ ਜਥਾ ਪਿੰਡ ਵਿੱਚ ਰੋਕਿਆ ਜਾਵੇ, ਔਰ 17 ਸਾਲ ਦਾ ਉਹ ਨੌਜਵਾਨ ਜਿਹੜਾ ਹੈ ਉਸ ਜਥੇ ਨੂੰ ਰੋਕਦਾ ਹੈ, ਪਿੰਡ ਵਾਲਿਆਂ ਨੂੰ ਨਾਲ ਜੋੜ ਸਕਦਾ ਹੈ, ਔਰ 1 ਦਿਨ ਦੀ ਥਾਂ ਉੱਤੇ 3 ਦਿਨ ਉਸ ਜਥੇ ਨੂੰ ਆਪਣੇ ਪਿੰਡ ਦੇ ਵਿੱਚ ਰੱਖਦਾ ਹੈ, ਔਰ ਜਥਾ ਜਦੋਂ ਜਾਂਦਾ ਹੈ ਅਤੇ ਉਹ ਵੀ ਸ਼ਬਦ ਗਾਉਂਦਾ ਜਾਂਦਾ ਦੂਜੇ ਸ਼ਬਦਾਂ ਦੇ ਨਾਲ ਕਿ ਲਾਜ ਰੱਖ ਲਈ ਭਗਤ ਸਿੰਘ, ਸਰਦਾਰ ਨੇ ਲਾਜ ਰੱਖ ਲਈ। ਇਹ ਸਰਦਾਰ ਭਗਤ ਸਿੰਘ ਹੈ ਜਿਹੜਾ ਲਗਾਤਾਰ ਵਿਕਸਿਤ ਹੁੰਦਾ ਹੈ, ਕਾਲਜ ਵਿੱਚ ਪੜ੍ਹਦਾ ਅਤੇ ਕਾਲੀ ਪੱਗ ਬੰਨ ਕੇ ਜਾਂਦਾ ਹੈ, ਪਰ ਜਦੋਂ ਪਤਾ ਲੱਗਾ ਕਿ ਅਕਾਲੀ ਫਿਰਕੂ ਪਾਸੇ ਵੱਧ ਰਹੇ ਨੇ, ਨਾਤਾ ਤੋੜ ਲਿਆ ਦੇਸ਼ ਭਗਤਾਂ ਨਾਲ, ਕਿਰਤੀ ਕਿਸਾਨ ਪਾਰਟੀ ਦਾ ਨਾਤਾ ਜੋੜਿਆ, ਬਹੁਤ ਲਿਖਿਆ ਉਹਦੇ ਵਿੱਚ 80 ਸ਼ਹੀਦਾਂ ਬਾਰੇ, ਉਹਦੇ ਲੇਖ ਸਾਨੂੰ ਮਿਲਦੇ ਨੇ ਲਿਖੇ ਹੋਏ ਆਪਣੇ ਇਤਿਹਾਸ ਬਾਰੇ, ਗਦਰ ਲਹਿਰ ਬਾਰੇ, ਕੂਕਾ ਲਹਿਰ ਬਾਰੇ ਉਹਨੇ ਲਿਖਿਆ। ਤੋ ਭਗਤ ਸਿੰਘ ਜਿਹੜਾ ਹੈ ਉਹਦੀ ਸ਼ਖਸੀਅਤ ਦੀਆਂ ਅਨੇਕਾਂ ਪਰਤਾਂ ਨੇ, ਉਹਨਾਂ ਨੂੰ ਜਾਣਨ ਦੇ ਵਾਸਤੇ ਅਸੀਂ ਭਗਤ ਸਿੰਘ ਨੂੰ ਜਿੰਨਾ ਚਿਰ ਤੱਕ ਪੜ੍ਹਾਂਗੇ ਨਹੀਂ ਉਹਨਾਂ ਚਿਰ ਤੱਕ ਭਗਤ ਸਿੰਘ ਨੂੰ ਅਸੀਂ ਸਮਝ ਨਹੀਂ ਸਕਦੇ। ਤੋ ਮੇਰੀ ਇਹ ਬੇਨਤੀ ਹੈ ਕਿ ਸਾਡੇ ਨੌਜਵਾਨਾਂ ਨੂੰ ਵੀ, ਇੱਥੇ ਸਾਡਾ ਇੱਕ ਨੌਜਵਾਨ ਬਾਹਰ ਮੈਨੂੰ ਮਿਲਿਆ ਅਤੇ ਉਹ ਕਹਿੰਦਾ ਜੀ ਮੇਰੇ ਘਰ 300 ਤੋਂ ਵੱਧ ਭਗਤ ਸਿੰਘ ਦੀਆਂ ਫੋਟੋ ਲੱਗੀਆਂ ਹੋਈਆਂ ਨੇ। ਮੈਂ ਉਹਨੂੰ ਸ਼ਾਬਾਸ਼ ਵੀ ਦਿੱਤੀ, ਸਿਰ ਉੱਤੇ ਉਹ ਭਗਤ ਸਿੰਘ ਵਰਗਾ ਟੋਪ ਵੀ ਪਾਈ ਫਿਰਦਾ ਹੈ, ਪਰ ਬਲਬੰਦਕਿਆਂ ਨੂੰ ਕਹਿੰਦਾ ਹੈ ਇਹ ਭਾਈ ਸਾਹਿਬ ਉਹ ਲੋਕ ਨਾ ਬਹੁਤਾ ਸੁਣਨਾ ਸੁਣਨਾ ਨਹੀਂ ਚਾਹੁੰਦੇ, ਉਹਦੇ ਬੋਲਣ ਵਾਲਿਆਂ ਨੂੰ 2-2 ਮਿੰਟ ਤੋਂ ਬਾਅਦ ਟਾਈਮ ਨਾ ਦਿਓ ਜੀ। ਮਤਲਬ ਅਸੀਂ ਭਗਤ ਸਿੰਘ ਦੀ 300 ਫੋਟੋ ਘਰ ਲਾ ਸਕਦੇ ਹਾਂ, ਪਰ ਅਸੀਂ ਭਗਤ ਸਿੰਘ ਦੇ ਬਾਰੇ ਸੁਣਨਾ ਨਹੀਂ ਚਾਹੁੰਦੇ, ਭਗਤ ਸਿੰਘ ਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ, ਤੇ ਫਿਰ ਅਸੀਂ ਕਰਨਾ ਕੀ ਚਾਹੁੰਦੇ ਹਾਂ? ਇਸੇ ਕਰਕੇ ਮੈਂ ਕਹਿੰਦਾ ਭਗਤ ਸਿੰਘ ਦੇ ਨਾਂ ਦੇ ਉੱਤੇ ਬੱਸ ਅੱਡੇ ਬਣਾਓ, ਜਮਜਮ ਬਣਾਓ, ਹਸਪਤਾਲ ਬਣਾਓ, ਜਮਜਮ ਬਣਾਓ, ਮਹੱਲਿਆਂ ਦੇ ਨਾਂ ਰੱਖੋ, ਪਿੰਡਾਂ ਦੇ ਨਾਂ ਰੱਖੋ, ਸ਼ਹਿਰਾਂ ਦੇ ਨਾਂ ਰੱਖੋ, ਜ਼ਿਲ੍ਹਿਆਂ ਦੇ ਨਾਂ ਰੱਖੋ, ਜਮਜਮ ਰੱਖੋ, ਹਵਾਈ ਅੱਡਿਆਂ ਉੱਤੇ ਭਗਤ ਸਿੰਘ ਦਾ ਨਾਂ ਲਿਖੋ, ਜਮਜਮ ਲਿਖੋ, ਪਰ ਜਿੰਨਾ ਚਿਰ ਤੱਕ ਭਗਤ ਸਿੰਘ ਨੂੰ ਅਸੀਂ ਆਪਣੇ ਦਿਲ ਤੇ ਨਹੀਂ ਲਿਖਦੇ ਇਹ ਸਾਰੇ ਨਾਂ ਲਿਖੇ ਹੋਏ ਵਿਅਰਥ ਨੇ। ਤੋ ਆਪਣੇ ਦਿਲਾਂ ਉੱਤੇ ਭਗਤ ਸਿੰਘ ਨੂੰ ਲਿਖਣ ਦੀ ਲੋੜ ਹੈ, ਇੱਥੇ ਚਿਪਕਾਉਣ ਦੀ ਲੋੜ ਹੈ, ਔਰ ਭਗਤ ਸਿੰਘ ਜਿਹੜੇ ਕਹਿੰਦੇ ਨਾ ਵੀ ਮੈਂ ਫੈਨ ਭਗਤ ਸਿੰਘ ਦਾ, ਭਗਤ ਸਿੰਘ ਜਿਹੜਾ ਕਹਿੰਦਾ ਮੈਂ ਫੈਨ ਭਗਤ ਸਿੰਘ ਦਾ ਆ, ਉਹ ਕਹਿੰਦਾ ਲੱਕ 28 ਕੁੜੀ ਦਾ। ਤੁਸੀਂ ਮਤਲਬ ਇਹਨਾਂ ਦੀ ਸੀਰੀਅਸਨੈਸ ਨੂੰ ਦੇਖ ਸਕਦੇ ਹੋ, ਸਾਨੂੰ ਭਗਤ ਸਿੰਘ ਦੇ ਇਹੋ ਜਿਹੇ ਫੈਨਾਂ ਦੀ ਲੋੜ ਨਹੀਂ, ਸਾਨੂੰ
ਜਜ਼ਬਿਆਂ ਗੁੰਦੇ ਉਹਨਾਂ ਨੌਜਵਾਨਾਂ ਦੀ ਲੋੜ ਹੈ ਜਿਨ੍ਹਾਂ ਦੀ ਅੰਤਰ ਆਤਮਾ ਵਿੱਚ ਭਗਤ ਸਿੰਘ ਦੇ ਵਿਚਾਰ ਬਲਦੇ ਹੋਣ। ਸਾਨੂੰ ਹਿੰਦੀ ਫਿਲਮਾਂ ਵਿੱਚ ਪੀਲੀਆਂ ਪੱਗਾਂ ਬੰਨ੍ਹ ਕੇ ਫਿਰਨ ਵਾਲੇ ਨੌਜਵਾਨਾਂ ਦੀ ਜ਼ਰੂਰਤ ਨਹੀਂ। ਇਹ ਪੀਲੀਆਂ ਪੱਗਾਂ ਮਨਪ੍ਰੀਤ ਵੀ ਬੰਨ੍ਹ ਕੇ ਲੈ ਕੇ ਗਿਆ ਸੀਗਾ ਇਹ, ਤੇ ਹੁਣ ਬਾਦਲ ਸਾਹਿਬ ਵੀ ਕਹਿੰਦੇ ਨੇ ਇਹ ਵੀ ਕੋਈ ਬੰਦਾ ਹੈ, ਤੇ ਭਗਤ ਸਿੰਘ ਦੀ ਸਹੁੰ ਖਾ ਕੇ ਵੀ ਮੁੱਕਰ ਗਿਆ, ਕਾਂਗਰਸ ਦੇ ਨਾਲ ਸਮਝੌਤਾ ਕਰ ਲਿਆ। ਤੇ ਜਿਵੇਂ ਬਾਦਲ ਸਾਹਿਬ ਆਪ ਭਗਤ ਸਿੰਘ ਦੇ ਬੜੇ ਹੇਜਲੇ ਹੁੰਦੇ ਨੇ, ਇਹ ਬਾਦਲ ਸਾਹਿਬ ਉਹ ਨੇ ਜਿਹਨਾਂ ਨੇ 70 ਦੇ ਸਮੇਂ ਦੇ ਵਿੱਚ ਇਨਕਲਾਬੀ ਨੌਜਵਾਨਾਂ ਦੇ ਕਤਲ ਕੀਤੇ ਸਨ ਝੂਠੇ ਪੁਲਿਸ ਮੁਕਾਬਲਿਆਂ ਦੇ ਰਾਹੀਂ। ਇਹ ਭਗਤ ਸਿੰਘ ਉਹ ਬਾਦਲ ਸਾਹਿਬ ਉਹ ਹੀ ਨੇ ਜਿਹੜੇ ਭਗਤ ਸਿੰਘ ਦੀ ਯਾਦ ਵਿੱਚ ਸਮਾਗਮ ਕਰਦੇ ਪਏ ਦੇ ਅੰਦਰ ਔਰ ਬਾਹਰ ਉਹ ਕਿਸਾਨ ਜਿਹੜੇ ਭਗਤ ਸਿੰਘ ਦੇ ਚਾਚੇ ਨੇ ਕਿਹਾ ਸੀ ਪਗੜੀ ਸੰਭਾਲ ਜੱਟਾ, ਉਹ ਆਪਣੀ ਪਗੜੀ ਸੰਭਾਲਣ ਵਾਸਤੇ ਬਾਹਰ ਆਪਣੇ ਹੱਕਾਂ ਦੇ ਹਿੱਤਾਂ ਦੀ ਮੰਗ ਕਰਦੇ ਪਏ ਨੇ। ਉਹਨਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ, ਲਾਠੀਆਂ ਨਾਲ ਮਾਰਿਆ ਜਾ ਰਿਹਾ, ਉਹਨਾਂ ਦੀਆਂ ਪੱਗਾਂ ਨੂੰ ਜ਼ਮੀਨ ਉੱਤੇ ਰੋਲਿਆ ਜਾ ਰਿਹਾ ਹੈ। ਜਿਹੜੀ ਪੱਗ ਕਦੀ ਭਗਤ ਸਿੰਘ ਦੇ ਵਾਸਤੇ ਉਹਦੇ ਚਾਚੇ ਦੇ ਵਾਸਤੇ ਇੱਜ਼ਤ ਤੇ ਸਨਮਾਨ ਦਾ ਚਿੰਨ ਹੁੰਦੀ ਸੀ, ਉਹ ਪੱਗ ਅੱਜ ਕਿਸਾਨ ਦੇ ਵਾਸਤੇ ਫਾਹਾ ਲਾਉਣ ਵਾਸਤੇ ਵਰਤੀ ਜਾ ਰਹੀ ਹੈ। ਇਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਤੇ ਸਮਾਜ ਹੈ, ਇਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਤੇ ਸਮਾਜ ਹੈ ਜਿਹੜਾ ਉਹ ਕਹਿੰਦੇ ਸੀ ਜੀ ਕਾਇਮ ਕਰਨਾ ਹੈ, ਜਿਹਦੇ ਵਿੱਚ ਮੋਦੀ ਹਜ਼ਾਰਾਂ ਮੁਸਲਮਾਨਾਂ ਨੂੰ ਸਾੜਦਾ ਹੈ, ਗੁਜਰਾਤ ਦੇ ਵਿੱਚ ਮਾਰਦਾ ਹੈ। ਇਹ ਉਹਨਾਂ ਦੇ ਸੁਪਨਿਆਂ ਦਾ ਰਾਜ ਹੈ ਜਿਹਦੇ ਵਿੱਚ ਜਿਹਦੇ ਦਿੱਲੀ ਦੇ ਵਿੱਚ ਹਜ਼ਾਰ ਹਾ ਸਿੱਖ ਜਿਹੜੇ ਸੀਗੇ ਉਹ ਪੈਟਰੋਲ ਪਾ ਕੇ ਲੂਹ ਦਿੱਤੇ ਗਏ। ਇਹ ਉਹਨਾਂ ਦੇ ਸੁਪਨਿਆਂ ਦਾ ਸਮਾਜ ਹੈ ਜਿਹਦੇ ਵਿੱਚ ਪੰਜਾਬ ਵਿੱਚੋਂ ਕੱਢ ਕੇ ਹਿੰਦੂਆਂ ਨੂੰ ਬੱਸਾਂ ਵਿੱਚੋਂ ਬਾਹਰ ਤੇ ਲਾਈਨਾਂ ਦੇ ਵਿੱਚ ਲਾ ਕੇ ਗੋਲੀਆਂ ਮਾਰ ਕੇ ਮਾਰਿਆ ਗਿਆ। ਭਗਤ ਸਿੰਘ ਹੋਰਾਂ ਦੇ ਸੁਪਨਿਆਂ ਦਾ ਸਮਾਜ ਹਰ ਕਿਸ ਨਹੀਂ ਸੀਗਾ। ਇਹ ਭਗਤ ਸਿੰਘ ਦੇ ਨਾਂ ਨੂੰ ਇਹਨਾਂ ਨੇ ਵੋਟ ਬੈਂਕ ਬਣਾਇਆ ਹੋਇਆ ਹੈ ਔਰ ਜਿੰਨਾ ਚਿਰ ਤੱਕ ਅਸੀਂ ਉਹਨਾਂ ਦੀ ਇਸ ਹਕੀਕਤ ਨੂੰ ਲੋਕਾਂ ਸਾਹਮਣੇ ਨੰਗਾ ਕਰਨ ਦੇ ਸਮਰੱਥ ਨਹੀਂ ਹੁੰਦੇ, ਨਾ ਅਸੀਂ ਭਗਤ ਸਿੰਘ ਨੂੰ ਸਮਝ ਸਕਦੇ ਹਾਂ, ਨਾ ਅਸੀਂ ਭਗਤ ਸਿੰਘ ਨੂੰ ਜਾਣ ਸਕਦੇ ਹਾਂ, ਨਾ ਅਸੀਂ ਭਗਤ ਸਿੰਘ ਨੂੰ ਅਪਣਾ ਸਕਦੇ ਹਾਂ। ਤੋ ਆਖਰੀ ਗੱਲ ਜਿਹੜੀ ਮੈਂ ਕਹਿਣੀ ਹੈ, ਆਖਰੀ ਗੱਲ ਮੈਂ ਕਹਿਣੀ, ਮੈਂ ਕਿਹਾ ਸੀ ਕਿ ਉਹ ਪੀਲੀਆਂ ਪੱਗਾਂ ਬੰਨਣ ਦੀ ਲੋੜ ਨਹੀਂ, ਸਾਨੂੰ ਨਾ ਟੋਪ ਵਾਲਾ ਭਗਤ ਸਿੰਘ ਚਾਹੀਦਾ ਹੈ, ਨਾ ਸਾਨੂੰ ਪੱਗ ਵਾਲਾ ਭਗਤ ਸਿੰਘ ਚਾਹੀਦਾ ਹੈ, ਸਾਨੂੰ ਇਸ ਟੋਪ ਤੇ ਪੱਗ ਦੇ ਹੇਠਾਂ ਜਿਹੜਾ ਸਿਰ ਹੈ ਸਾਨੂੰ ਉਹ ਭਗਤ ਸਿੰਘ ਚਾਹੀਦਾ ਹੈ। ਅਰਮਨਦੀਪ ਦਾਸ ਜੀ ਨੇ ਕਿਹਾ ਸੀ ਗਦ ਦਸਤਾਰ ਉਤਾਰੋ ਤੋਂ ਕੋਈ ਬਾਤ ਬਣੇ, ਸੋਹਣਾ ਹੈ ਕਿ ਸਰ ਹੋਤੇ ਹੈ ਦਸਤਾਰੋਂ ਵੀ। ਉਹ ਸਾਨੂੰ ਪੱਗ ਦੇ ਹੇਠਾਂ ਟੋਪ ਦੇ ਹੇਠਾਂ ਜਿਹੜਾ ਸਿਰ ਸੀ ਭਗਤ ਸਿੰਘ ਦਾ, ਉਹ ਸਿਰ ਦੀ ਜ਼ਰੂਰਤ ਹੈ। ਜੇ ਅਸੀਂ ਉਸ ਸਿਰ ਨੂੰ ਨਹੀਂ ਸਮਝਾਂਗੇ ਅਸੀਂ ਭਗਤ ਸਿੰਘ ਨੂੰ ਨਹੀਂ ਸਮਝ ਸਕਦੇ, ਭਗਤ ਸਿੰਘ ਦੀ ਆਤਮਾ ਨੂੰ ਨਹੀਂ ਸਮਝ ਸਕਦੇ ਔਰ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਤੇ ਸਮਾਜ ਕਦੀ ਨਹੀਂ ਆਵੇਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਇੰਡੀਅਨ ਵਰਕਰ ਐਸੋਸੀਏਸ਼ਨ ਵਾਲਿਆਂ ਦਾ ਵੀ ਜਿਹਨਾਂ ਨੇ ਮੈਨੂੰ ਟਾਈਮ ਦਿੱਤਾ ਔਰ ਦੂਜਿਆਂ ਦਾ ਥੋੜ੍ਹਾ ਜਿਹਾ ਵੱਧ ਦਿੱਤਾ, ਅਤੇ ਮੈਨੂੰ ਪਤਾ ਹੈ ਕਿ ਮੈਂ ਆਪਣੇ ਟਾਈਮ ਦੇ ਮੁਤਾਬਕ ਹੀ ਮੁਕਾ ਦਿੱਤੀ ਜਾਵੇ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।